ਕਮਰ ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐ ਸੈਮੈਸਟਰ 3 ਪੰਜਾਬੀ ਸਾਹਿਤ ਯਾਨੀ ਕਿ ਪੰਜਾਬੀ ਲਿਟਰੇਚਰ ਇਲੈਕਟਿਵ ਦੇ ਇੰਪੋਰਟੈਂਟ ਕੁਸ਼ਨ ਡਿਸਕਸ ਕਰਾਂਗੇ ਜੰਪਰ 2024 ਦੇ ਲਈ ਬਹੁਤ ਹੀ ਇੰਪੋਰਟੈਂਟ ਕੁਐਸਚਨ ਜਿਹੜਨੇ ਇਹਦੇ ਵਿੱਚ ਇਨਕਲੂਡਡ ਨੇ ਸੋ ਟੀਚਿੰਗ ਵੀਡੀਓਜ਼ ਆਲਰੇਡੀ ਪੰਜਾਬੀ ਇਲੈਕਟਿਵ ਦੀਆਂ ਮੇਰੇ ਚੈਨਲ ਦੇ ਉੱਤੇ ਮੌਜੂਦ ਨੇ ਤੁਸੀਂ ਪਲੇਲਿਸਟ ਵਿੱਚ ਵੇਖ ਸਕਦੇ ਹੋ ਜਾਂ ਫਿਰ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜੇ ਆ ਹੈ ਮੈਂ ਪਿੰਨ ਕਰ ਦਿੰਨੀ ਹੁਣੀਆਂ ਤੁਸੀਂ ਉੱਥੋਂ ਦੀ ਵੀ ਚੈੱਕ ਆਊਟ ਕਰ ਸਕਦੇ ਹੋ ਪੰਜਾਬੀ ਇਲੈਕਟਿਵ ਤੋਂ ਇਲਾਵਾ ਇੰਗਲਿਸ਼ ਇਲੈਕਟਿਵ ਪੰਜਾਬੀ ਕੰਪਲਸਰੀ ਇੰਗਲਿਸ਼ ਕੰਪਲਸਰੀ ਸੋਸ਼ੀਓਲੋਜੀ ਪੋਲੀਟੀਕਲ ਸਾਇੰਸ ਹਿਸਟਰੀ ਪਬਲਿਕ ਐਡਮਿਨਿਸਟ੍ਰੇਸ਼ਨ ਹੋਰ ਵੀ ਕਾਫੀ ਸਾਰੀਆਂ ਵੀਡੀਓਜ਼ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਆ ਸੋ ਚੈੱਕ ਤੁਸੀਂ ਕਰ ਸਕਦੇ ਹੋ ਤੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਅਤੇ ਨਾਲ ਹੀ ਇੰਪੋਰਟੈਂਟ ਕੁਐਸਚਨ ਵੀ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸੋ ਟੈਲੀਗ੍ਰਾਮ ਨੂੰ ਵੀ ਜ਼ਰੂਰੀ ਫੋਲੋ ਕਰ ਲਿਓ ਉੱਥੇ ਕਾਫੀ ਸਾਰੇ ਲਿੰਕਸ ਅਪਡੇਟਸ ਪੀਡੀਐਫ ਜਿਹੜੇ ਨੇ ਮੈਂ ਪਾ ਰੱਖੇ ਨੇ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਮੋਸਟ ਇੰਪੋਰਟੈਂਟ ਕੁਐਸਚਨਸ ਆਫ ਪੰਜਾਬੀ ਲਿਟਰੇਚਰ ਫਾਰ ਦ ਸੈਮ ਬੀਏ ਸੈਮੈਸਟਰ 3 ਹਜ਼ਾਰਾਂ ਜਿਹੜਾ ਹੈ ਤੁਹਾਡੀ ਬੁੱਕ ਦਾ ਨਾਮ ਹੈ ਇਦੇ ਵਿੱਚ ਜਿਹੜੇ ਸਾਰ ਜਾਂ ਫਿਰ ਵਿਸ਼ਾ ਵਸਤੂ ਆਪਾਂ ਨੇ ਕਰਨੇ ਨੇ ਜਾਂ ਤਾਂ ਤੁਸੀਂ ਸਭ ਦੇ ਸਾਰ ਕਰ ਲਓ ਜਾਂ ਵਿਸ਼ਾ ਵਸਤੂ ਕਰ ਲਓ ਠੀਕ ਹੈ ਤਾਂ ਸਾਰ ਦੇ ਵਿੱਚ ਆਪਾਂ ਵੱਧ ਤੋਂ ਵੱਧ ਲਿਖ ਸਕਦੇ ਹਾਂ ਲੇਕਿਨ ਵਿਸ਼ਾ ਵਸਤੂ ਜਿਹੜਾ ਹੈ ਇਹਦੀ ਲੈਂਥ ਥੋੜੀ ਜਿਹੀ ਸ਼ਾਰਟ ਹੁੰਦੀ ਹੈ ਜਿਹੜੇ ਵਿਦਿਆਰਥੀ ਜਿਹੜੇ ਨੇ ਕਈ ਵਾਰ ਨਹੀਂ ਲੇਖਕ ਦਾ ਨਾਮ ਯਾਦ ਰਹਿਦਾ ਹਨਾ ਸੋ ਸਾਰ ਕਰ ਸਕਦੇ ਨੇ ਸਾਰ ਆਸਾਨ ਹੋ ਜਾਂਦੇ ਨੇ ਠੀਕ ਹੈ ਲੇਕਿਨ ਵਿਸ਼ਾ ਵਸਤੂ ਦੇ ਵਿੱਚ ਟੂ ਦਾ ਪੁਆਇੰਟ ਗੱਲ ਕੀਤੀ ਜਾਂਦੀ ਹੈ ਦੋਨੋਂ ਹੀ ਜਿਹੜੇ ਨੇ ਦੋਨਾਂ ਵਿੱਚੋਂ ਕੋਈ ਵੀ ਇੱਕ ਤੁਸੀਂ ਤਿਆਰ ਕਰ ਸਕਦੇ ਹੋ ਚਾਹੇ ਤਾਂ ਸਾਰ ਸਭ ਦੇ ਕਰ ਲਓ ਜਾਂ ਵਿਸ਼ਾ ਵਸਤੂ ਕਰ ਲਓ ਸੋ ਉਪਰੀ ਧਰਤੀ ਬਹੁਤ ਇੰਪੋਰਟੈਂਟ ਹੈ ਬਾਕੀ ਸਭ ਸੁਖਸਾਨ ਹੈ ਇਹ ਬਹੁਤ ਜ਼ਿਆਦਾ ਚੈਪਟਰ ਇੰਪੋਰਟੈਂਟ ਨੇ بار-बार ਪੇਪਰ ਦੇ ਵਿੱਚ ਆਉਂਦੇ ਨੇ ਪਾਣੀ ਦੀਆਂ ਲੀਕਾਂ ਮਰਿਆ ਨਹੀਂ ਜਾਂਦਾ ਜਿੱਥੋਂ ਸੂਰਜ उगਦਾ ਹੈ ਗਰਾਊਂਡ ਜ਼ੀਰੋ 2 ਮਿੰਟ ਹੋ ਰੁਕਚਾ ਸਤਾਈ ਮੀਲ ਇਕਬਾਲ हुसैन ਮੋਇਆ ਨਹੀਂ ਹੱਡਾ ਰੋੜੀ ਤਾਂ ਇਹ ਜਿਹੜੇ ਕੁਐਸਚਨਸ ਨੇ ਠੀਕ ਹੈ ਕਟੋ ਘਟ ਤੁਸੀਂ 2 2 1/2 ਤੱਕ ਜਿਹੜਾ ਹੈ ਪੇਜੀਸ ਤੱਕ ਇਨਨੂੰ ਲਿਖਣਾ ਹੈ ਠੀਕ ਹੈ ਜਿਨ੍ਹਾਂ ਦੀ ਛੋਟੀ ਹੈਂਡਰਾਈਟਿੰਗ ਆ ਦੋ ਪੇजेस ਵੀ ਲਿਖ ਸਕਦੇ ਹਾਂ ਤੇ ਜਿਨ੍ਹਾਂ ਦੀ ਵੱਡੀ ਹੈਂਡਰਾਈਟਿੰਗ ਆ ਸਵਾ ਇੱਕ ਦੋ ਪੇਜਾਂ ਤੱਕ ਉਹ ਲਿਖ ਸਕਦੇ ਨੇ ਤੇ ਉਸ ਤੋਂ ਬਾਅਦ ਹੈਗਾ ਪੱਛਮੀ ਆਲੋਚਨਾ ਦੇ ਮੂਲ ਸੰਕਲਪ ਤੇ ਇੱਕ ਹੋਰ ਚੀਜ਼ ਇਹਨਾਂ ਦੀਆਂ ਜਿਹੜੀਆਂ ਟੀਚਿੰਗ ਵੀਡੀਓਜ਼ ਨੇ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਆ ਸੋ ਤੁਸੀਂ ਉੱਥੋਂ ਦੇਖ ਸਕਦੇ ਹੋ ਠੀਕ ਹੈ ਬਹੁਤ ਆਸਾਨ ਭਾਸ਼ਾ ਦੇ ਵਿੱਚ ਜਿਹੜੇ ਨੇ ਮੈਂ ਸਮਝਾਏ ਹੋਏ ਨੇ ਪੱਛਮੀ ਆਲੋਚਨਾ ਦੇ ਮੂਲ ਸੰਕਲਪ ਹੁਣ ਅਨੁਕਰਣ ਕਲਾਸਿਕਵਾਦ யਥਾਰਥਵਾਦ ਰੋਮਾਂਸਵਾਦ ਪ੍ਰਤੀਕ ਬਿੰਬ ਸ਼ੈਲੀ ਤੇ ਮਿੱਥ ਹੁਣ ਦੇਖੋ ਕਲਾਸਿਕਵਾਦ யਥਾਰਥਵਾਦ ਤੇ ਰੋਮਾਂਸਵਾਦ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਦੋ ਕਰ ਸਕਦੇ ਹੋ ਅਨੁਕਰਣ ਬਹੁਤ ਇੰਪੋਰਟੈਂਟ ਹੈ ਵਿਰੇਚਰ ਨੂੰ ਤੁਸੀਂ ਛੱਡ ਦਿਓ ਠੀਕ ਹੈ ਕੋਈ ਦਿੱਕਤ ਨਹੀਂ ਪ੍ਰਤੀਕ ਬਿੰਬ ਮਿੱਥ ਸ਼ੈਲੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਛੋਟੇ ਵੀ ਕਨਸੈਪਟ ਹੈ ਨਾਲ ਇੰਪੋਰਟੈਂਟ ਵੀ ਹੈ ਇਹ ਵੀ ਵੀਡੀਓਜ਼ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਹਨ ਸੋ ਜਿਹੜਾ ਵੀ ਤੁਹਾਨੂੰ ਲੱਗਦਾ ਕੇਵਲਾ ਮੈਮ ਨੇ ਜਿਹੜਾ ਹੈ ਕਨਸੈਪਟ ਨਹੀਂ ਪਾਇਆ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਜਲਦੀ ਹੀ ਇਸ ਨੂੰ ਕੋਸ਼ਿਸ਼ ਕਰਾਂਗੇ ਕਰਨ ਦੀ ਵਾਰ ਕਾਬ ਦੇ ਵਿਕਾਸ ਅਤੇ ਪ੍ਰਕਿਰਤੀ ਤੇ ਨੋਟ ਲਿਖੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਤੇ ਨਾਲ ਹੀ 18ਵੀਂ ਜਾਂ 19ਵੀਂ ਸਦੀ ਦੇ ਵੀਰ ਕਾਫ ਜਾਂ ਫਿਰ ਵਾਰ ਸਹਿਤ ਦੀਆਂ ਪਰਿਵਰਤਿਆਂ ਯਾਨੀ ਕਿ ਵਿਸ਼ੇਸ਼ਤਾਵਾਂ ਇਹ ਪੁੱਛ ਸਕਦੇ ਨੇ ਪਰਿਵਰਤਿਆਂ ਜਾਂ ਇਹ ਵਿਸ਼ੇਸ਼ਤਾਵਾਂ ਜੇ ਦੋਨੋਂ ਸੇਮ ਕੁਐਸਚਨ ਹੋਊਗਾ ਠੀਕ ਹੈ ਇਹ ਕੁਐਸਚਨ ਜਿਹੜੇ ਨੇ ਆਪਾਂ ਨੇ ਤਿਆਰ ਕਰਕੇ ਜਾਣੇ ਨੇ ਠੀਕ ਹੈ ਵੀਰ ਕਾਫ ਦੇ ਵਿਕਾਸ ਦੀ ਪ੍ਰਕਿਰਤੀ ਤੇ ਨੋਟ ਲਿਖੋ ਤੇ ਨਾਲ 18ਵੀਂ 19ਵੀਂ ਸਦੀ ਦੇ ਵੀਰ ਕਾਵਿ ਸਾਹਿਤ ਤੇ ਪਰਵਿਰਤੀਆਂ ਤੇ ਵਿਸ਼ੇਸ਼ਤਾਵਾਂ ਬਾਰੇ ਲਿਖੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਉਸ ਤੋਂ ਬਾਅਦ ਦੇ ਵਿੱਚ ਹੈ ਕਵਿਤਾਵਾਂ ਦੇ ਸਾਰ ਕਵਿਤਾਵਾਂ ਦੇ ਸਾਰ ਕਰ ਲੋ ਚਾਹੇ ਤੁਸੀਂ ਜਿੰਨੇ ਵੀ ਰਾਈਟਰਸ ਨੇ ਉਹਨਾਂ ਦੀ ਸਾਹਿਤਕ ਯੋਗਦਾਨ ਤੁਸੀਂ ਕਰ ਸਕਦੇ ਹੋ ਠੀਕ ਹੈ ਚਾਹੇ ਤਾਂ ਉਹਨਾਂ ਦੇ ਸਾਹਿਤਕ ਯੋਗਦਾਨ ਕਰ ਲੋ ਚਾਹੇ ਕਵਿਤਾਵਾਂ ਦੇ ਸਾਰ ਵਿੱਚ ਸ਼ਬਦਤੂ ਕਰ ਲੋ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੀ ਕਿ ਮੈਂ ਤੁਹਾਡੇ ਲਈ ਜਿਹੜੀਆਂ ਲੈ ਕੇ ਆਈਆਂ ਸੋ ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਬਾਸਕਰ ਜੀ ਹੁਣ ਬਾਸਕਰ ਜੀ ਸੋਹਣੀ ਮਹੀਵਾਲ ਲੈਲਾ ਮੰਚ ਨੂੰ 12ਵਾਂ ਹੀ ਰਾਂਝਾ ਪੁੱਲਾ ਕੀ ਜਾਣਾ ਮੈਂ ਕੌਣ ਜੰਗ ਹਿੰਦ ਪੰਜਾਬ ਮੈਂ ਕਸੰਬੜਾ ਚੁੱਕ ਚੁੱਕ ਹਾਰੀ ਹੀਰਵਾਰਸ ਤਾਂ ਇਹ ਇਹਨਾਂ ਦੇ ਵਿੱਚੋਂ ਤੁਸੀਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੇ ਸਾਹਿਤਕ ਯੋਗਦਾਨ ਨੇ ਮੇਨ ਮੇਨ ਰਾਈਟਰਸ ਦੇ ਕਰ ਸਕਦੇ ਹੋ ਠੀਕ ਹੈ ਅਗਰ ਤੁਹਾਨੂੰ ਉਹ ਜਿਹੜੇ ਨੇ ਆਸਾਨੀ ਦੇ ਨਾਲ ਯਾਦ ਹੋ ਜਿੰਦੇ ਆ ਪ੍ਰਸੰਗ ਸਹਿਤ ਵਿਆਖਿਆ ਦੇਖੋ ਇਹਨਾਂ ਪੋਮਸ ਦੀ ਗੱਲੋ ਕਵਿਤਾਵਾਂ ਦੀ ਇਹਨਾਂ ਦੀ ਪ੍ਰਸੰਗਸਾਤ ਵਿਆਖਿਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਰ ਇਸ ਤੋਂ ਇਲਾਵਾ ਵੀ ਤਿਆਰ ਕਰਕੇ ਜਾਇਓ ਕਿਉਂਕਿ ਮੈਥੇ ਸਾਰੀਆਂ ਪਾਇਟ ਮੀਨਸ ਤੁਸੀਂ ਸਾਰੀਆਂ ਪੋਇਮਸ ਦਾ ਇੱਕ ਵਾਰ ਜ਼ਰੂਰ ਗੋ ਥਰੂ ਕਰ ਲਿਓ ਪ੍ਰਸੰਗਸਾਤ ਵਿਆਖਿਆ ਕਿਧਰੋਂ ਵੀ ਆ ਜਾਂਦੀ ਹੈ ਪਰ ਮੇਨਲੀ ਤਾਂ ਇਹਨਾਂ ਜਿਹੜੀਆਂ ਉੱਪਰ ਪਈਆਂ ਕਵਿਤਾਵਾਂ ਚੋਂ ਆਉਂਦੀਆਂ ਹੈਂ ਕਈ ਵਾਰ ਬਾਹਰ ਤੋਂ ਆ ਜਾਂਦੀ ਹੈ ਫਿਰ ਡਿਫਿਕਲਟੀ ਜਿਹੜੀ ਹੈ ਹੋ ਜਾਂਦੀ ਹੈ ਪਰ ਜਿਹੜੇ ਵੀ ਬੱਚਿਆਂ ਨੂੰ ਨਹੀਂ ਯਾਦ ਹੋ ਰਹੀਆਂ ਤਾਂ ਇਹ ਆਵਲੀਆਂ ਕਵਿਤਾਵਾਂ ਜਿਹੜੀਆਂ ਮੈਂ ਤੁਹਾਨੂੰ ਸਾਰ ਵੀ ਸ਼ਬਦਤੁਲੀ ਦੱਸਿਆ ਨੇ ਜਾਂ ਤਾਂ ਤੁਸੀਂ ਇਹਨਾਂ ਚੋਂ ਹੀ ਕਰ ਲਓ ਪ੍ਰਸੰਗਸਾਤ ਵਿਆਖਿਆ ਇਸ ਵਿੱਚ ਕੋਈ ਹੋਰ ਚੀਜ਼ ਹੈ ਕਿ ਜਿੰਨੇ ਵੀ ਰਾਈਟਰ ਨੇ ਹਨ ਤੁਹਾਨੂੰ ਆਏ ਨੇ ਉਹਨਾਂ ਦੀ ਕੋਈ ਵੀ ਦੋ ਰਚਨਾਵਾਂ ਪੁੱਛ ਸਕਦੇ ਨੇ ਜਿਵੇਂ ਕਿ ਮੈਂ ਪੰਜਾਬੀ ਲਿਟਰੇਚਰ ਦਾ ਪੇਪਰ ਤੁਹਾਡੇ ਨਾਲ ਸ਼ੇਅਰ ਕੀਤਾ ਹੀ ਆ ਤਾਂ ਰਾਈਟਰਸ ਦੀਆਂ ਕੋਈ ਵੀ ਦੋ ਰਚਨਾਵਾਂ ਪੁੱਛ ਸਕਦੇ ਨੇ ਉਹਨਾਂ ਦਾ ਪੁੱਛ ਸਕਦੇ ਨੇ ਕਿ ਉਹਨਾਂ ਦੀ ਕਾਫ ਸ਼ੈਲੀ ਕਿੱਦਾਂ ਦੀ ਹੈ ਹਨਾ ਸੋ ਕੁਐਸ਼ਨ ਜ਼ਰੂਰ ਸ਼ੋਰਟ ਸਾਰੇ ਇਹਦੇ ਸਾਰੇ ਜ਼ਰੂਰ ਪੜ ਕੇ ਜਾਇ ਇੱਕ ਵਾਰ ਤੇ ਮੈਂ ਵੀ ਇੰਪੋਰਟੈਂਟ ਕੁਐਸ਼ਨ ਦੇ ਆਈ ਗੈਸ ਕਿ ਵੀਡੀਓਜ਼ ਨਹੀਂ ਪਾਈਆਂ ਹੋਈਆਂ ਸ਼ੋਰਟ ਕੁਐਸ਼ਨ ਦੀਆਂ ਉਹ ਵੀ ਮੈਂ ਜਲਦੀ ਪਾਉਣ ਦੀ ਕੋਸ਼ਿਸ਼ ਕਰਾਂਗੀ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆਂ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ